हर एक जिहड़ा मोहाली दा वोटर आ ਉਹ ਸਪੋਰਟਰ ਬਣ ਗਿਆ ਅਤੇ ਸਾਰਾ ਮੋਹਾਲੀ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜ ਗਿਆ। ਮੈਂ ਤਾਂ ਜੀ ਐਸਾ ਮਾਹੌਲ ਜ਼ਿੰਦਗੀ 'ਚ ਨਹੀਂ ਦੇਖਿਆ। ਅੱਜ ਮੈਂ ਪੰਜਾਬ ਦੇ ਵਾਸੀਆਂ ਨੂੰ ਸੱਦਾ ਦੇਣਾ ਚਾਹੁੰਦਾ ਕਿ ਤੁਹਾਡੇ ਕੋਲ ਆਖਰੀ ਮੌਕਾ ਹੈ। ਜੇ 20 ਤਰੀਕ ਨੂੰ ਤੁਸੀਂ ਸਮਾਂ ਗਵਾ ਲਿਆ ਮੁੜ ਕੇ ਰੋਂਦੇ ਨਾ ਫਿਰਿਓ। ਕਹਿੰਦੀ ਕੱਲ੍ਹ ਕਹਿੰਦੇ ਨੇ ਸਟੇਜ ਦੇ ਉੱਪਰ ਆ ਕਿ ਮੁਹੱਲਾ ਕਲੀਨਿਕ ਤਾਂ ਸ਼ੀਲਾ ਦੀਕਸ਼ਿਤ ਨੇ ਸ਼ੁਰੂ ਕੀਤਾ ਸੀਗਾ, ਹੋਇਆ ਤਾਂ ਕੁਛ ਨਹੀਂ, ਕਿਵੇਂ ਦੇਖ? ਦੇਖੋ ਹੁਣ ਝੂਠ ਬੋਲਣ ਨੂੰ ਕੋਈ ਬੰਦਾ ਬੋਲੀ ਜਾਵੇ ਅਤੇ ਮੈਂ ਇਹ ਸਮਝਦਾ ਵੀ ਉਹਦਾ ਕੋਈ ਫਾਇਦਾ ਨਹੀਂ ਹੋਣਾ, ਲੋਕ ਸਾਰਾ ਕੁਝ ਜਾਣਦੇ ਨੇ। ਜੇ ਮੁਹੱਲਾ ਕਲੀਨਿਕ ਵਰਗੀਆਂ ਚੀਜ਼ਾਂ ਜਾਂ ਪੜ੍ਹਾਈ ਲਿਖਾਈ ਸਕੂਲਾਂ ਦੇ ਉੱਤੇ ਕੰਮ ਕਾਂਗਰਸ ਦੀ ਸਰਕਾਰ ਵੇਲੇ ਹੋਇਆ ਹੁੰਦਾ ਤਾਂ ਸ਼ੀਲਾ ਦੀਕਸ਼ਿਤ ਔਰ ਕਾਂਗਰਸ ਜ਼ੀਰੋ 'ਤੇ ਹੋ ਕੇ ਨਾ ਨਿਬੜਦੀ। ਇਹ ਸਰਦਾਰ ਕੁਲਵੰਤ ਸਿੰਘ ਦਾ ਅਤੇ ਆਮ ਆਦਮੀ ਪਾਰਟੀ ਦਾ ਜਾਦੂ ਕਹਿ ਲਓ ਜਾਂ ਨੌਜਵਾਨਾਂ ਅਤੇ ਸਾਡੀ ਬੀਬੀਆਂ ਦਾ ਜਜ਼ਬਾ ਕਹਿ ਲਓ, ਐਸਾ ਮਾਂਝਾ ਫਿਰ ਰਿਹਾ ਇਸ ਵਾਰ ਕਿ ਤੁਹਾਨੂੰ ਨਿਗਾਹ ਖੁੱਲ੍ਹ ਜੂਗੀ ਕਿ ਕੁਛ ਵੀ ਨਹੀਂ ਸੀ, ਸਿਰਫ ਠੱਗੀ ਔਰ ਗੁੰਡਾਗਰਦੀ ਸੀ। ਔਰ ਗੁਰੂ ਮਹਾਰਾਜ ਦਾ ਅਸੀਂ ਸ਼ੁਕਰਾਨਾ ਕਰਦੇ ਹਾਂ, ਐਸਾ ਚੰਗਾ ਉਮੀਦਵਾਰ ਸਾਨੂੰ ਦਿੱਤਾ ਹੈ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ। ਭਗਵੰਤ ਮਾਨ ਜੀ ਦਾ ਧੰਨਵਾਦ ਕਰਦੇ ਹਾਂ। ਹਰ ਪਾਰਟੀ ਦਾਅਵਾ ਜ਼ਰੂਰ ਠੋਕ ਰਹੀ ਹੈ ਕਿ ਸਰਕਾਰ ਅਸੀਂ ਬਣਾ ਰਹੇ, ਦੂਸਰੀ ਪਾਰਟੀ ਤਾਂ ਕੁਛ ਕਰ ਹੀ ਨਹੀਂ ਰਹੀ ਹੈ। ਤੁਹਾਨੂੰ ਪਤਾ ਵੀ ਹੈ, ਫਿਰ ਮੈਂ ਵੀ ਦੱਸ ਦਿੰਦਾ ਵੀ ਤੁਹਾਨੂੰ ਕੀ ਪਤਾ, ਇਹ ਪਤਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਪੰਜਾਬ ਦੇ ਵਿੱਚ ਬਣ ਜਾ ਰਹੀ ਹੈ। ਅਸੀਂ ਹਰ ਇੱਕ ਬੋਰਡਰ ਤੱਕ ਕੋਸ਼ਿਸ਼ ਕਰ ਰਹੇ ਹਾਂ ਪਹੁੰਚ ਕਰਨ ਦੀ। 1.5 ਮਹੀਨੇ ਤੋਂ ਲਗਾਤਾਰ ਡੇ ਐਂਡ ਨਾਈਟ ਸਾਡੀ, ਅਸੀਂ ਮੇਰੇ ਖਿਆਲ 18-18 ਘੰਟੇ ਚੋਣ ਮੁਹਿੰਮ ਚਲਾਈ ਹੈ ਔਰ ਅਸੀਂ ਹਰ ਬੋਰਡਰ ਤੱਕ ਅਪਰੋਚ ਕੀਤੀ ਹੈ ਪਹੁੰਚਣ ਦੀ। ਇਹ ਤਾਂ ਮਿਸ਼ਨਰੀ ਪਾਰਟੀ ਹੈ ਜੀ, ਇਹ ਤਾਂ ਸੇਵਾ ਕਰਨ ਆਈ ਹੈ ਪਾਰਟੀ। ਇਸ ਤੋਂ ਪਹਿਲਾਂ ਮੈਂ 2 ਹੋਰ ਪਾਰਟੀਆਂ ਵਿੱਚ ਰਿਹਾ ਹੈ, ਲੇਕਿਨ ਮੈਂ ਇਹ ਦੱਸਣਾ ਚਾਹੁੰਦਾ ਕਿ ਮਲਾਈ ਮੈਂ ਕਿਤੇ ਨਹੀਂ ਖਾਧੀ। ਅੱਜ ਆਖਰੀ ਦਿਨ ਹੈ, ਸ਼ਾਮ 6 ਵਜੇ ਤੋਂ ਬਾਅਦ ਚੋਣ ਪ੍ਰਚਾਰ ਤੇ ਬੰਦ ਹੋ ਜਾਏਗਾ, ਉਸ ਨੂੰ ਦਿਖਾਇਆ ਨਹੀਂ ਜਾਏਗਾ। ਲੇਕਿਨ ਇਹ ਜ਼ਰੂਰ ਹੈ ਕਿ ਕੱਲ੍ਹ ਡੋਰ ਟੂ ਡੋਰ ਜਾ ਕੇ ਕੰਪੇਨਰਸ ਜ਼ਰੂਰ ਜਾ ਸਕਦੇ ਨੇ। ਕਿਵੇਂ ਦਾ ਅੱਜ ਮਾਹੌਲ ਹੈ, ਇੱਕ ਵਾਰ ਮੋਹਾਲੀ ਦੀ ਤਸਵੀਰ ਦਿਖਾਉਣਾ ਚਾਹਾਂਗੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਮਿਰ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਘਰ ਡੋਰ ਟੂ ਡੋਰ ਜਾ ਰਹੇ ਨੇ, ਨਾਲ ਬੱਬੀ ਬਾਦਲ ਵੀ ਉਹਦੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਤਾਂ ਕੁਲਵੰਤ ਸਰ ਦੇ ਨਾਲ ਗੱਲ ਕਰਦੇ ਨੇ। ਸਰ, ਕਿਵੇਂ ਦੇਖ ਰਹੇ ਹੋ ਔਰ ਕੀ ਲੱਗਦਾ ਹੈ ਅੱਜ ਇੱਕ ਤਰ੍ਹਾਂ ਦਾ ਆਖਰੀ ਦਿਨ ਜਿਸ ਨੂੰ ਕਿਹਾ ਜਾਂਦਾ, ਪੂਰੀ ਜ਼ੋਰ ਲਗਾਈ ਜਾ ਰਹੀ ਹੈ? ਅੱਜ ਆਖਰੀ ਦਿਨ ਹੈ ਚੋਣ ਪ੍ਰਚਾਰ ਦਾ ਔਰ ਅਸੀਂ 1.5 ਮਹੀਨੇ ਤੋਂ ਚੋਣ ਪ੍ਰਚਾਰ 'ਚ ਲੱਗੇ ਹੋਏ ਹਾਂ ਔਰ ਹਰ ਦਿਨ ਜਿਹੜੀ ਇਹ ਮੁਹਿੰਮ ਜ਼ੋਰ ਫੜਦੀ ਗਈ ਔਰ ਹੁਣ ਲਾਸਟ ਵਿੱਚ ਆ ਕੇ ਹਰ ਇੱਕ ਜਿਹੜਾ ਮੋਹਾਲੀ ਦਾ ਵੋਟਰ ਆ ਉਹ ਸਪੋਰਟਰ ਬਣ ਗਿਆ ਅਤੇ ਸਾਰਾ ਮੋਹਾਲੀ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜ ਗਿਆ। ਔਰ ਉਮੀਦ ਦੀ ਵੇਵ ਲੱਗ ਰਹੀ ਹੈ ਤੁਹਾਨੂੰ, ਕਿਉਂਕਿ ਆਖਰੀ ਦਿਨ ਹੈ, ਬੜੀ ਮਿਹਨਤ ਕੀਤੀ ਹੈ, ਹਰ ਉਮੀਦਵਾਰ ਪੂਰੀ ਕੋਸ਼ਿਸ਼ ਕਰ ਰਿਹਾ ਕਿ ਹਰ ਇੱਕ ਕੈਂਡੀਡੇਟ ਤੱਕ ਪਹੁੰਚ ਕੀਤੀ ਜਾਵੇ ਔਰ ਹਰ ਪਾਰਟੀ ਦਾਅਵਾ ਜ਼ਰੂਰ ਠੋਕ ਰਹੀ ਹੈ ਕਿ ਸਰਕਾਰ ਅਸੀਂ ਬਣਾ ਰਹੇ, ਦੂਸਰੀ ਪਾਰਟੀ ਤਾਂ ਕੁਛ ਕਰ ਹੀ ਨਹੀਂ ਰਹੀ ਹੈ, ਲੋਕ ਸਾਡੇ ਨਾਲ ਹੈ, ਦਾਅਵੇ ਜ਼ਰੂਰ ਠੋਕ ਕੇ ਜਾ ਰਹੇ। ਅਸਲ ਸੱਚਾਈ ਤਾਂ ਕੈਂਡੀਡੇਟ ਨੂੰ ਵੀ ਪਤਾ ਹੁੰਦੀ ਹੈ। ਦੇਖੋ, ਅਸਲ ਸੱਚਾਈ ਕੈਂਡੀਡੇਟ ਨੂੰ ਵੈਸੇ ਤਾਂ ਤੁਹਾਨੂੰ ਜ਼ਿਆਦਾ ਪਤਾ ਹੁੰਦੀ ਆ, ਤੁਹਾਨੂੰ ਪਤਾ ਵੀ ਹੈ, ਫਿਰ ਮੈਂ ਵੀ ਦੱਸ ਦਿੰਦਾ ਵੀ ਤੁਹਾਨੂੰ ਕੀ ਪਤਾ। ਇਹ ਪਤਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਪੰਜਾਬ ਦੇ ਵਿੱਚ ਬਣ ਜਾ ਰਹੀ ਆ ਔਰ ਵੱਡੇ ਫਰਕ ਦੇ ਨਾਲ ਜਿਹੜੇ ਬੰਦੇ ਜਿੱਤ ਕੇ ਅਸੈਂਬਲੀ ਦੇ ਵਿੱਚ ਆਉਣਗੇ ਔਰ ਆਪਣੀ ਸਰਕਾਰ ਬਣਾਉਣਗੇ ਔਰ ਪੂਰੀ ਹਵਾ ਚੱਲ ਰਹੀ ਹੈ, ਲੋਕਾਂ ਦੇ ਅੰਦਰ ਜਨੂੰਨ ਆ, ਸਰਕਾਰਾਂ ਨੇ ਜੋ ਕੀਤਾ ਪਹਿਲੀਆਂ ਨੇ ਉਹਨਾਂ ਨੂੰ ਬਦਲਣ ਦਾ ਜਨੂੰਨ ਹੈ ਅਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਆਉਣ ਦਾ ਚਾਹ ਚੜਿਆ ਹੋਇਆ। ਲੱਗਦਾ ਜਿਵੇਂ ਤੁਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਹੋ, ਆਖਰੀ ਦਿਨ ਹੈ, ਜ਼ਰੂਰ ਥੋੜ੍ਹਾ ਜਿਹਾ ਉਹ ਰਹੇਗਾ ਔਰ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਪਹੁੰਚ ਕਰਨ ਦੀ। ਅਸੀਂ ਹਰ ਇੱਕ ਬੋਰਡਰ ਤੱਕ ਕੋਸ਼ਿਸ਼ ਕਰ ਰਹੇ ਹਾਂ ਪਹੁੰਚ ਕਰਨ ਦੀ। 1.5 ਮਹੀਨੇ ਤੋਂ ਲਗਾਤਾਰ ਡੇ ਐਂਡ ਨਾਈਟ ਸਾਡੀ, ਅਸੀਂ ਮੇਰੇ ਖਿਆਲ 18-18 ਘੰਟੇ ਚੋਣ ਮੁਹਿੰਮ ਚਲਾਈ ਹੈ ਔਰ ਅਸੀਂ ਹਰ ਬੋਰਡਰ ਤੱਕ ਅਪਰੋਚ ਕੀਤੀ ਹੈ ਪਹੁੰਚਣ ਦੀ ਔਰ ਹਰ ਬੋਰਡਰ ਤੱਕ ਅਸੀਂ ਪਹੁੰਚੇ ਵੀ ਹਾਂ। ਉਹਦਾ ਹੀ ਇਹ ਨਤੀਜਾ ਹੈ ਵੀ ਹਰ ਬੋਰਡਰ ਜਿਹੜਾ ਅੱਜ ਆਮ ਆਦਮੀ ਪਾਰਟੀ ਦੇ ਨਾਲ ਖੜਾ ਹੈ। ਬੱਬੀ ਬਾਦਲ ਸਰ, ਤੁਹਾਡੇ ਕੋਲ ਵੀ ਜਾਣਨਾ ਚਾਹਾਂਗੇ, ਕੁਲਵੰਤ ਮੇਹਰ ਸਰ ਦੇ ਨਾਲ ਤੁਸੀਂ ਆ ਚੁੱਕੇ ਹੋ, ਆਮ ਆਦਮੀ ਪਾਰਟੀ ਵੀ ਜੁਆਇਨ ਕਰੇ, ਲਗਾਤਾਰ ਕੰਪੇਨ ਕਰ ਰਹੇ ਹੋ, ਇਹ ਹਲਕਾ ਮਤਲਬ ਜਿਹੜਾ ਏਰੀਆ ਹੈ 11 ਫੇਸ ਖਾਸ ਤੌਰ 'ਤੇ ਤੁਹਾਡਾ ਜ਼ਰੂਰ ਪੈਂਦਾ ਕਿਉਂਕਿ ਤੁਸੀਂ ਇੱਥੇ ਨੇੜੇ ਹੀ ਰਹਿੰਦੇ ਹੋ। ਮੈਂ ਤਾਂ ਜੀ ਐਸਾ ਮਾਹੌਲ ਜ਼ਿੰਦਗੀ 'ਚ ਨਹੀਂ ਦੇਖਿਆ। ਇਹ ਸਰਦਾਰ ਕੁਲਵੰਤ ਸਿੰਘ ਦਾ ਅਤੇ ਆਮ ਆਦਮੀ ਪਾਰਟੀ ਦਾ ਜਾਦੂ ਕਹਿ ਲਓ ਜਾਂ ਨੌਜਵਾਨਾਂ ਅਤੇ ਸਾਡੀ ਬੀਬੀਆਂ ਦਾ ਜਜ਼ਬਾ ਕਹਿ ਲਓ, ਅਤੇ ਮੈਂ ਸਮਝਦਾ ਕਿ ਜਿੱਤ ਤਾਂ ਹੋਣੀ ਹੈ ਕੁਲਵੰਤ ਸਿੰਘ ਦੀ, ਪਰ ਲੋਕਾਂ ਦੇ ਭੁਲੇਖੇ ਨਿਕਲ ਜਾਣਗੇ ਕਿ ਉਹ 3 ਵਾਰੀ ਬਣ ਕਿਵੇਂ ਗਿਆ। ਐਸਾ ਮਾਂਝਾ ਫਿਰ ਰਿਹਾ ਇਸ ਵਾਰ ਕਿ ਤੁਹਾਨੂੰ ਨਿਗਾਹ ਖੁੱਲ੍ਹ ਜੂਗੀ ਕਿ ਕੁਛ ਵੀ ਨਹੀਂ ਸੀ, ਸਿਰਫ ਠੱਗੀ ਔਰ ਗੁੰਡਾਗਰਦੀ ਸੀ। ਔਰ ਗੁਰੂ ਮਹਾਰਾਜ ਦਾ ਅਸੀਂ ਸ਼ੁਕਰਾਨਾ ਕਰਦੇ ਹਾਂ, ਐਸਾ ਚੰਗਾ ਉਮੀਦਵਾਰ ਸਾਨੂੰ ਦਿੱਤਾ ਹੈ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ। ਭਗਵੰਤ ਮਾਨ ਜੀ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਹ ਉਮੀਦਵਾਰ ਦਿੱਤਾ ਜਿਹੜਾ ਨਾ ਖਰੀਦਿਆ ਜਾ ਸਕਦਾ ਨਾ ਡਰਾਇਆ ਜਾ ਸਕਦਾ,
और मैं कहना हैरानीजनक लीड मिलेगी इतों हैरानीजनक। ਤੁਸੀਂ ਵੱਖ ਵੱਖ ਪਾਰਟੀਆਂ ਦੇ ਵਿੱਚ ਰਹੇ ਹੋ ਲੇਕਿਨ ਹੁਣ ਆਮ ਆਦਮੀ ਪਾਰਟੀ ਦਾ ਪਲੜਾ ਜ਼ਰੂਰ ਪਕੜਿਆ ਹੈ। ਹੁਣ ਤੁਸੀਂ ਜਿਹੜਾ ਪ੍ਰਚਾਰ ਇਸ ਲਈ ਇਹਨਾਂ ਦੇ ਲਈ ਕਰ ਰਹੇ ਹੋ, ਪਹਿਲਾਂ ਅਕਾਲੀ ਦਲ ਦੇ ਲਈ ਕਰ ਰਹੇ, ਫਿਰ ਸਿੱਖ ਸਮਾਜ ਮੋਰਚੇ ਵਿੱਚ ਤੁਸੀਂ ਚਲੇ ਗਏ ਸੀਗੇ, ਲੇਕਿਨ ਹੁਣ ਜਿਹੜਾ ਤੁਹਾਡਾ ਮੇਨ ਹੈ ਆਮ ਆਦਮੀ ਪਾਰਟੀ ਵਿੱਚ, ਕੁਝ ਸਮੇਂ ਪਹਿਲੇ ਲੱਗਦਾ ਕਿ ਜਿਹੜੀ ਬਦਲਾਵ ਹੈ, ਜੋ ਵੇਵਸ ਹੈ, ਜੋ ਕੰਮ ਕਰਨ ਦਾ ਤਰੀਕਾ, ਜੋ ਲੋਕਾਂ ਵਿੱਚ ਵਿਚਰਨ ਦਾ ਤਰੀਕਾ ਹੈ, ਡਿਫਰੈਂਟ ਲੱਗ ਰਿਹਾ ਤੁਹਾਨੂੰ? ਬਿਲਕੁਲ ਡਿਫਰੈਂਟ ਹੈ। ਇਹ ਤਾਂ ਮੇਨ ਲੋਕਾਂ ਦੇ ਕੋਲ ਲੈ ਕੇ ਜਾ, ਇਹ ਤਾਂ ਮਿਸ਼ਨਰੀ ਪਾਰਟੀ ਹੈ ਜੀ, ਇਹ ਤਾਂ ਸੇਵਾ ਕਰਨ ਆਈ ਹੈ ਪਾਰਟੀ। ਇਸ ਤੋਂ ਪਹਿਲਾਂ ਮੈਂ ਦੋ ਹੋਰ ਪਾਰਟੀਆਂ ਵਿੱਚ ਰਿਹਾ ਹਾਂ, लेकिन मैं ये दसना चाहना कि मलाई मैं कितने नहीं खाधी। हाँ, मैं सेवा की और जिन्ना आनंद इतने आके आ रहा, क्यों करके लोगों का भरपूर समर्थन मिल रहा है। और एक चीज़ जी है, ये मैं होर किसी पार्टी ये नहीं देखने को मिला कि ना पावर ना पोजिशन किसी चीज़ के लालच तो बिना लोग आप मुहारे। हर बंदा कुलवंत सिंह बनया होया, हर बंदा चोन प्रचार कर रहा है, हर बंदा। क्या लोगों को लेके जा रहे हैं, क्योंकि तुसी कुछ ना कुछ तो कह रहे होने कि हाँ इस चीज़ सोच के वोट दी जाए, क्योंकि कुलवंत सर तुसी बड़ा पुराने जा। नहीं जी, लोग कुलवंत सिंह ते कोई दाग नहीं हैगा, इन्ने लंबे समय तो पोलीटिकल अरीना दे विच ने। और तुसी ये भी देखो कि इन्ना मतलब पार्टी का जिहड़ा मैनीफेस्टो है स्कूलों बारे, हस्पतालों, मुहल्ला क्लीनिक बारे, लोगों ने अपना लिया उन्हों। लोग झूठा वादिया च नहीं यकीन रखते, आम आदमी दी गरंटियां च यकीन रखते। राहुल गांधी कल कहंदे ने स्टेज के उपर कि मोहल्ला क्लीनिक तो शीला दीक्षित ने शुरू किया, खोया तो कुछ नहीं, किवें देखते? देखो हुण झूठ बोलने कोई बंदा बोली जाए तो मैं समझदा भी उहदा कोई फायदा नहीं होना। लोग सारा कुछ जानते हैं भी किहदे मोहल्ला क्लीनिक कंसैप्ट लेके आंदा, और वह कंसैप्ट जिहड़ा सारी दुनिया के सराया गया तो वो अरविंद केजरीवाल जी ने लेके आता सी, और उन्होंने समुची टीम ने दिल्ली में लागू करके लोगों को बहुत बड़ा रिलीफ दिता सी सेहत के मामले के। जो लोगों को लगता सी घर बैठे डॉक्टर है, घर बैठे टेस्ट होंगे ने, घर बैठे फ्री दवाई मिलती है, ये सिर्फ और सिर्फ किया अरविंद केजरीवाल जी ने किया। और राहुल गांधी जी ने होर कित क्यों ना कर लिया, दिल्ली तो बाद बाकी जगह भी सरकार रही, पंजाब भी सरकार रही है, लेकिन कित नहीं लागू किया, क्योंकि उन्होंने यह कंसैप्ट है ही नहीं। कंसैप्ट नहीं मैडम, तुम किमें कहना चाहोगे लंबे सर मोहाली जुड़े रहेंगे और किमें? पहले तो मैं थोड़ी यही गल का जवाब देना चाहूँगी, राहुल गांधी ने जो भी स्टेटमेंट दिती है, जे मोहल्ला क्लीनिक वर्गियां चीज़ा या पढ़ाई लिखाई स्कूलों के उत्ते काम कांग्रेस की सरकार वेले होया हुंदा तां शीला दीक्षित और कांग्रेस जीरो ते होके ना निबड़दी दिल्ली दे विच। दूजी गल रही अज मोहाली दी या पूरे पंजाब दी, तां असी इह कहना चाहते हाँ पब्लिक नूं भी, इस बार सच्ची सुची सरकार चुनो जिहड़ी तुहाडे कम्मां दी सरकार होवे, ना कि लारियां दी सरकार। लारे बहुत सरकारां ने ला ले, आपां पहलां भी देख ले आ, हुण भी देख रहे आ, हुण भी लग रहे आ लारे, पर कम्मां दी सरकार, कम्मां दी राजनीति चुनीए, लारियां दीआं सरकारां तों दूर हटीए, इहनां नूं दूर भजाइए। सो दूर भजाइए साफ तौर ते कहा गया है, क्या कहना चाहोगे? 20 फरवरी नूं अज मैं पंजाब दे वासियां नूं सद्दा देना चाहुंदा कि तुहाडे कोल आखरी मौका है, जे 20 तरीक नूं तुसीं समां गवा लिया मुड़ के रोंदे ना फिरियो, मुड़ के तुहाडे पंजाब दा की बनूगा ये तुहानूं ही पता है, लेकिन एक सुनहरी मौका हर 5 साल बाद तुहाडे कोल आउंदा है, लोगों तुसीं इह कदे पछाणिया नहीं। अज मैं बेनती कर रहा इहनूं पछाणो, अपने अपना फर्ज पछाणो, 20 तरीक नूं जिहड़ा मौका है कितें गवा ना लिओ। वाहिगुरू जी का खालसा, वाहिगुरू। सो वोट दी अपील की जा रही है, आम आदमी पार्टी के कुलवंत मेयर है जो कि मोहाली हल्के तो खड़े हुए ने, और दावा जरूर किया जा रहा है कि बदलाव लेके आएंगे। आखिरी दिन है, पूरी कोशिश की जा रही है हर वोटर तक पहुंचने की। कैमरामैन गौरव के नाल अमनप्रीत कौर, रोजाना स्पोक्समैन मोहाली।